ਹਾਂਜੀ ਸਰ, ਅੱਜ ਜਿਹੜੀ ਗੱਲਬਾਤ ਹੋਈ ਹੈ, ਕੀ ਕਾਰਨ ਹੋਇਆ ਜੀ? ਇਹ ਇਸ ਤਰ੍ਹਾਂ ਹੈਗਾ ਵੀ ਸਾਨੂੰ ਪਤਾ ਲੱਗਿਆ ਇਹਦੇ ਵਿੱਚ ਵੀ ਇਹ ਦੋ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਅਤੇ ਇਹਦੇ ਵਿੱਚ ਇੱਕ ਧਿਰ ਜਿਹੜੀ ਹੈਗੀ ਹੈ ਉਹ ਸੁਖਪ੍ਰੀਤ ਸਿੰਘ ਉਰਫ ਸੁੱਖੀ, ਇਹ ਸਿੰਘੋ ਦਾ ਰਹਿਣ ਵਾਲਾ, ਇਹਦੇ ਇਹ ਇੰਜਰਡ ਹੋਇਆ ਇਹਦੇ ਵਿੱਚ। ਅਤੇ ਦੂਸਰੀ ਪਾਰਟੀ ਜਿਹਦਾ ਇਹ ਪਹਿਲੇ ਤੌਰ 'ਤੇ ਇਹ ਨਾਮ ਲੈਂਦੇ ਹੈਗੇ ਹੈ, ਦੂਜੀ ਪਾਰਟੀ ਜਿਹੜੀ ਹੈਗੀ ਹੈ ਕੋਈ ਜੱਸੀ ਮਾਨ ਹੈਗਾ ਸ਼ੇਖਪੁਰੇ ਪਿੰਡ ਦਾ, ਉਹਨਾਂ ਨਾਲ ਇਹਨਾਂ ਦਾ ਜਿਹੜਾ ਕੋਈ ਝਗੜਾ ਹੋਇਆ ਹੈਗਾ, ਜਿੱਥੇ ਉਹਦੇ ਉਹ ਜਿਹੜਾ ਸੁਖਪ੍ਰੀਤ ਜਿਹੜਾ ਬਾਬਾ ਇਹ ਜਿਹੜਾ ਹੈਗਾ ਇੰਜਰਡ ਹੋਇਆ। ਇਹਨੂੰ ਫੌਰੀ ਤੌਰ 'ਤੇ ਇਕਦਮ ਐਕਸ਼ਨ ਵਿੱਚ ਆਉਂਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਐਡਮਿਟ ਕਰਾਤਾ ਹੈਗਾ ਉੱਥੇ ਮੈਕਸ ਹੋਸਪਿਟਲ ਬਠਿੰਡਾ, ਅਤੇ ਉੱਥੇ ਇਹ ਜੇਲ ਇਲਾਜ ਹੈ। ਇਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਜਿਹੜੀ ਹੈਗੀ ਹੈ ਜਿਹੜਾ ਉੱਥੇ ਜੋ ਵੀ ਐਵੀਡੈਂਸ ਸੀਗੀ ਉਹ ਕਲੈਕਟ ਕਰ ਲਈ ਹੈ ਅਤੇ ਇਹਨੂੰ ਐਡਮਿਟ ਕਰਾਤਾ। SHO ਤਲਵੰਡੀ ਨੇ ਇਹਦੇ 'ਚ ਬੜਾ ਸ਼ਲਾਘਾਯੋਗ ਕੰਮ ਕੀਤਾ ਅਤੇ ਉਹਦੇ ਵਿੱਚ ਇਹ ਜੇਲ ਇਲਾਜ ਹੈ। ਅਤੇ ਹੁਣ ਜਿਹੜਾ ਹੈਗਾ ਅਸੀਂ ਪੁਲਿਸ ਪਾਰਟੀਆਂ ਬਣਾ ਕੇ ਇਹਦੇ 'ਤੇ ਜਿਹੜੀਆਂ ਹੈਗੀਆਂ ਰੇਡਾਂ ਕਰ ਰਹੇ ਹਾਂ ਅਤੇ FIR ਇਹਦੀ ਜਿਹੜੀ ਹੈਗੀ ਹੈ ਲਾਂਚ ਕੀਤੀ ਜਾ ਰਹੀ ਹੈ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਬਸੇ ਪਹਿਲੇ ਦੇਖਨੇ ਕੇ ਲੀਏ।